ਖੁਦਾਈ ਦੌਰਾਨ ਮਿਲਿਆ ਇੱਕ ਹੋਰ ਪੁਰਾਣਾ ਬੰਬ। ਪਠਾਨਕੋਟ 'ਚ ਪੁਰਾਣੇ ਬੰਬ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ ਅਤੇ ਆਏ ਦਿਨ ਖੁਦਾਈ ਦੌਰਾਨ ਕਿਤੇ ਨਾ ਕਿਤੇ ਉਹ ਪੁਰਾਣੇ ਸਮੇਂ 'ਚ ਲੜਾਈ ਦੌਰਾਨ ਵਰਤੇ ਗਏ ਬੰਬ ਮਿਲ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਬਮਿਆਲ ਸੈਕਟਰ 'ਚ ਗਟਰ ਦੀ ਖੁਦਾਈ ਦੌਰਾਨ ਪੁਰਾਣਾ ਬੰਬ ਮਿਲਿਆ ਸੀ ਅਤੇ ਹੁਣ ਪਠਾਨਕੋਟ ਨੇੜਲੇ ਪਿੰਡ ਜੰਡਵਾਲ ਵਿਖੇ ਪਾਣੀ ਦੀ ਪਾਈਪ ਪਾਉਣ ਲਈ ਕੀਤੀ ਗਈ ਖੁਦਾਈ ਦੌਰਾਨ ਇੱਕ ਪੁਰਾਣਾ ਬੰਬ ਮਿਲਿਆ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੰਬ ਨੂੰ ਕਬਜ਼ੇ ਵਿੱਚ ਲਿਆ। ਇਸ ਸੰਬੰਧੀ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਬ ਮਿਲਣ ਬਾਰੇ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੰਬ ਨਵਾਂ ਪਿਆ ਪਈ ਦੀ ਇੱਕ ਚੀਜ਼ ਅਤੇ ਉਹਦੇ ਸੰਬੰਧ ਵਿੱਚ ਇਨਲਾਈਨ ਗੱਲਬਾਤ ਕੀਤੀ ਆ ਅਤੇ ਉਹਨਾਂ ਦੇ ਆਉਣ ਦੇ ਉੱਤੇ ਜੋ ਚੀਜ਼ ਨਿਕਲੇਗੀ ਉਹਦੀ ਅਗਲੀ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ। ਸੰਬੰਧ ਵਿੱਚ ਆਪਣਾ ਅੰਬਾਲਾ ਸਰ ਆਪਣਾ ਮੈਂ ਇਹਦੇ ਬਾਰੇ ਕੁਛ ਨਹੀਂ ਕਰ ਰਿਹਾ। ਬਸ ਇਹ ਤੁਹਾਨੂੰ ਕੀ ਲੱਗਦਾ ਜੀ? ਮੈਨੂੰ ਨਹੀਂ ਪਤਾ।